ਮੰਤਰੀ ਮੰਡਲ ਦੇ ਵਿੱਚ ਬਦਲਾਅ ਹੋਣ ਤੋਂ ਬਾਅਦ ਸੀਐਮਓ ਦੇ ਵਿੱਚ ਵੀ ਬਦਲਾਅ ਹੋਣ ਦੀਆਂ ਚਰਚਾਵਾਂ ਹੋ ਰਹੀਆਂ ਸਨ। ਕਿਹਾ ਜਾ ਰਿਹਾ ਸੀ ਕਿ ਹਾਈ ਕਮਾਂਡ ਨਾਰਾਜ਼ ਹੈ ਕਿ ਸੀਐਮ ਦੇ ਕੁਝ ਕਰੀਬੀਆਂ ਦੇ ਕਾਰਨ ਸਰਕਾਰ ਦਾ ਅਕਸ ਖਰਾਬ ਹੋ ਰਿਹਾ ਤੇ ਇਸ ਹਾਈ ਕਮਾਂਡ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ, ਇਸ ਕਰਕੇ ਸੀਐਮ ਦੇ ਦਫ਼ਤਰ ਦੇ ਵਿੱਚ ਵੱਡਾ ਫੇਰ ਬਦਲ ਹੋ ਸਕਦਾ ਹੈ। ਕਈ ਸਲਾਹਕਾਰਾਂ ਤੇ ਕਈ ਓਐਸਡੀਜ਼ ਨੂੰ ਸੀਐਮਓ ਦੇ ਵਿੱਚੋਂ ਬਾਹਰ ਕੀਤਾ ਜਾ ਸਕਦਾ ਹੈ, ਲਾਂਭੇ ਕੀਤਾ ਜਾ ਸਕਦਾ। ਇਸੇ ਵਿਚਾਲੇ ਹੁਣ ਸੀਐਮ ਦੇ ਇੱਕ ਕਰੀਬੀ ਨੂੰ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ। ਜੀ ਹਾਂ, ਦੱਸਦੇ ਡਾਇਰੈਕਟਰ ਕਮਿਊਨੀਕੇਸ਼ਨ ਨਵਨੀਤ ਵਧਾਵਾਂ ਨੂੰ ਲਾਂਭੇ ਕਰ ਦਿੱਤਾ ਗਿਆ, ਉਹਨਾਂ ਦੀ ਛੁੱਟੀ ਕਰ ਦਿੱਤੀ ਗਈ ਹੈ ਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਦੀ ਸਰਕਾਰੀ ਗੱਡੀ ਵੀ ਖੋਲ੍ਹੀ ਹੈ ਤੇ ਸਰਕਾਰੀ ਰਿਹਾਇਸ਼ ਯਾਨੀ ਕਿ ਜਿਸ ਕੋਠੀ ਦੇ ਵਿੱਚ ਉਹ ਰਹਿ ਰਹੇ ਨੇ ਉਸਨੂੰ ਖਾਲੀ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਨੇ। ਹੁਣ ਕਿਉਂ ਹੁਕਮ ਜਾਰੀ ਕੀਤੇ ਗਏ ਨੇ, ਉਹਨਾਂ ਨੂੰ ਕਿਉਂ ਅਹੁਦੇ ਤੋਂ ਹਟਾ ਦਿੱਤਾ ਗਿਆ, ਇਹ ਅਜੇ ਕੁਝ ਵੀ ਸਪਸ਼ਟ ਨਹੀਂ ਹੈ। ਪਰ ਇਹ ਕਿਹਾ ਜਾ ਰਿਹਾ ਸੂਤਰਾਂ ਦਾ ਇਹ ਕਹਿਣਾ ਕਿ ਜਿਹੜੇ ਹੁਕਮ ਨੇ ਇਹ ਦਿੱਲੀ ਤੋਂ ਜਾਰੀ ਹੋਏ ਨੇ, ਦਿੱਲੀ ਤੋਂ ਇਹ ਹੁਕਮ ਜਾਰੀ ਹੋਏ ਨੇ। ਦਿੱਲੀ ਵਾਲਿਆਂ ਨੇ ਕਿਹਾ ਹੈ ਕਿ ਨਵਨੀਤ ਵਧਾਵਾਂ ਨੂੰ ਉਹਨਾਂ ਦੇ ਅਹੁਦੇ ਤੋਂ ਲਾਂਭੇ ਕੀਤਾ ਜਾਵੇ ਤੇ ਇਸ ਕਰਕੇ ਉਹਨਾਂ ਦੀ ਛੁੱਟੀ ਕਰ ਦਿੱਤੀ ਗਈ ਹੈ। ਸਰਕਾਰੀ ਗੱਡੀ ਵੀ ਖੋਲ੍ਹੀ ਗਈ ਹੈ ਤੇ ਹੁਣ ਸਰਕਾਰੀ ਰਿਹਾਇਸ਼ ਨੂੰ ਖਾਲੀ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਨੇ। ਪਰ ਕਿਉਂ ਕੀਤੇ ਗਏ ਨੇ, ਕਿਹਨਾਂ ਕਾਰਨਾਂ ਕਰਕੇ ਨਵਨੀਤ ਨੂੰ ਹਟਾਇਆ ਗਿਆ, ਇਹ ਅਜੇ ਕੁਝ ਸਪਸ਼ਟ ਨਹੀਂ ਕੀਤਾ ਗਿਆ। ਦੱਸ ਦਈਏ ਕਿ ਪਹਿਲਾਂ ਮੰਤਰੀ ਮੰਡਲ ਦੇ ਵਿੱਚ ਬਦਲਾਅ ਹੋਇਆ, 4 ਮੰਤਰੀਆਂ ਨੂੰ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਤੇ 5 ਮੰਤਰੀ ਨਵੇਂ ਜਿਹੜੇ ਮੰਤਰੀ ਮੰਡਲ 'ਚ ਸ਼ਾਮਲ ਕੀਤੇ ਗਏ। ਉਸ ਤੋਂ ਬਾਅਦ ਇਹ ਖਬਰਾਂ ਚੱਲੀਆਂ ਕਿ ਹੋ ਸਕਦਾ ਹੈ ਕਿ ਹੁਣ ਸੀਐਮ ਮਾਨ ਨੂੰ ਵੀ ਅਹੁਦੇ ਤੋਂ ਲਾਂਭੇ ਕਰ ਦਿੱਤਾ ਜਾਵੇ, ਪਰ ਉਹਨਾਂ ਖਬਰਾਂ ਨੂੰ ਉਹਨਾਂ ਚਰਚਾਵਾਂ ਨੂੰ ਠੰਡਾ ਕਰ ਦਿੱਤਾ ਗਿਆ। ਉਹ ਚਰਚਾਵਾਂ ਦੇ ਉੱਤੇ ਕੋਈ ਵੀ ਚਰਚਾ ਅੱਗੇ ਨਹੀਂ ਵਧੀ। ਪਰ ਫਿਰ ਇੱਕ ਚਰਚਾ ਬੀਤੇ ਦਿਨ ਸ਼ੁਰੂ ਹੋ ਗਈ ਕਿ ਹੁਣ ਸੀਐਮਓ ਦੇ ਵਿੱਚ ਵੱਡੇ ਫੇਰ ਬਦਲ ਹੋਣਗੇ, ਕਈ ਸਲਾਹਕਾਰ ਤੇ ਓਐਸਡੀਜ਼ ਨੂੰ ਕੱਢ ਦਿੱਤਾ ਜਾਵੇਗਾ ਤੇ ਬੀਤੇ ਕੁਝ ਦਿਨਾਂ ਦੇ ਵਿੱਚ ਸੀਐਮ ਦੇ ਓਐਸਡੀ ਓਂਕਾਰ ਸਿੰਘ ਨੂੰ ਅਹੁਦੇ ਤੋਂ ਹਟਾਇਆ ਗਿਆ ਸੀ ਤੇ ਹੁਣ ਮੁੜ ਇੱਕ ਹੋਰ ਅਹੁਦਾ ਜਿਹੜਾ ਖਾਲੀ ਕਰ ਦਿੱਤਾ ਗਿਆ। ਦੱਸ ਦਈਏ ਕਿ ਸੀਐਮ ਦੇ ਮੀਡੀਆ ਸਲਾਹਕਾਰ ਨਵਨੀਤ ਵਧਾਵਾ ਨੂੰ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ, ਛੁੱਟੀ ਕਰ ਦਿੱਤੀ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਭਵਿੱਖ ਦੇ ਵਿੱਚ ਕੀ ਫੇਰ ਬਦਲ ਹੁੰਦੇ ਨੇ, ਹੁਣ ਕੀ ਕਿਸੇ ਨੂੰ ਕੱਢਿਆ ਜਾਂਦਾ ਜਾਂ ਨਹੀਂ ਕੱਢਿਆ ਜਾਂਦਾ, ਜਾਂ ਫਿਰ ਕਿ ਕਿਸੇ ਨੂੰ ਦਾਖਲ ਕੀਤਾ ਜਾਂਦਾ, ਕਿਸੇ ਨੂੰ ਨਵੇਂ ਕਿਹੜੇ ਚਿਹਰੇ ਨੂੰ ਸ਼ਾਮਲ ਕੀਤਾ ਜਾਵੇਗਾ, ਇਹ ਦੇਖਣਾ ਹੋਵੇਗਾ।